अच्छा मेरी गर्ल सुनो, मेरी गर्ल सुनो, गर्ल सुनो, गर्ल सुनो। व्हाट इज द हेल्प, क्या प्रॉब्लम है आपको? प्रॉब्लम कोई भी नहीं है, सॉल्यूशन करते पे हैं। मैं भी उठे बैठा लगा, उठे बैठा, जब मैं उठे बैठा लगा, उठे बैठा के पाजी पर सर में क्यों चल रहा है? तो दो बजे मैं बोल रहा हूं। हेलो फ्रेंड्स, मैं तरुण नैयर, मैं ऋषभ शर्मा। अज असि प्रैंक करने के लिए पहुंचे हुए मॉडल टाउन दे विच, यानी कि न्यू फिटनेस जिम दे विच। चलो देखते हैं सानू की रिएक्शंस मिल रहे हैं। सो आओ, लेट्स गो। भाई एक मिनट गल सुनो, एक्सरसाइज भी लगाते बॉडी तो ही कहते हैं तुम्हारी बहुत हैगी, तुम डंबल भी बड़ा छोटा चुकया, मेरा डंबल थोड़ा व्डा चक लो। डंबल पे हुए आ देखो थोड़ी जी बॉडी गर्म करनी, बॉडी गर्म करनी है। हाँ तो आगे छोटे ने चकते कि चंगा जी नहीं लगता है, ਥੋੜਾ ਜਿਹਾ ਗੱਲ ਨਾ ਕਰਿਓ ਕਿਸੇ ਨਾਲ, ਤੁਹਾਨੂੰ ਬਸ ਇੰਟੀਮੇਟ ਕੀਤਾ ਆਪਾਂ ਵੀ ਚੰਗੇ ਨਹੀਂ ਲੱਗਦੇ। ਸੀਗੇ ਚਲੋ ਕੋਈ ਨਹੀਂ ਪੁੱਛ ਲੈਣਾ। ਨਹੀਂ ਨਹੀਂ ਪੁੱਛਣ ਦੀ ਲੋੜ ਹੀ ਨਹੀਂ ਭਾਈ, ਇੱਦਾਂ ਨਹੀਂ ਪੁੱਛਣ ਦੀ ਲੋੜ ਹੀ ਨਹੀਂ। ਹੈਲੋ ਭਾਜੀ, ਕੀ ਗੱਲ ਭਾਜੀ? ਛੱਡੋ, ਪੁੱਛੀ ਤਾਂ ਲੋੜ ਨਹੀਂ ਹੁੰਦੀ। ਕੀ ਗੱਲ ਕੀ ਕਹੀ ਹੈ ਤੁਸੀਂ? ਮੇਰੇ ਬਾਰੇ ਕੁਛ ਕਿਹਾ? ਤੁਸੀਂ ਕਿਹਾ ਤਾਂ ਉਹਨਾਂ ਨੇ ਮੈਨੂੰ ਕਿਹਾ। ਤੁਸੀਂ ਮੇਰੇ ਬਾਰੇ ਕਿਹਾ? ਮੈਂ ਤਾਂ ਕੁਛ ਨਹੀਂ ਕਿਹਾ, ਚੁੱਪ ਬੈਠਾ ਹੋਇਆ। ਮੈਂ ਤੁਹਾਡੀ ਉਮਰ ਦਾ ਲਾਈ ਕਰਦਾ ਪਿਆ। ਉਮਰ ਦਾ ਭਾਜੀ ਕੁਛ ਨਹੀਂ ਹੁੰਦਾ, ਤੁਸੀਂ ਇਹਨਾਂ ਨੂੰ ਕੋਈ ਮੇਰੇ ਬਾਰੇ ਗੱਲ ਕਹੀ ਤਾਂ ਤਾਂ ਹੀ ਇਹਨਾਂ ਨੇ ਕਿਹਾ। ਮੈਂ ਪਾਗਲ ਨਹੀਂ ਹੈਗਾ, ਓਕੇ? ਮੈਂ ਵੀ ਪਾਗਲ ਨਹੀਂ ਹੈਗਾ, एक मिनट रुक दो ना, एक मिनट छोड़ दो ना। ਮੇਰੀ ਗੱਲ ਸੁਣ, ਮੈਂ ਡੰਬਲ ਜਿਹੜਾ ਚੱਕਦਾ ਪਿਆ ਇਹ ਸੇਮ ਡੰਬਲ ਆ ਕੇ ਚੱਕੀ ਜਾਂਦਾ ਭਾਜੀ। ਮੈਂ ਆ ਕੇ ਪਹਿਲੇ ਚੱਕਦਾ ਆ ਕੇ ਚੱਕ ਲੈਂਦਾ, ਮੈਂ ਮੈਨੂੰ ਕਹਿ ਦਿੰਦਾ ਵਾ ਇਹ ਇਸੀ ਥੋੜੀ ਹੁੰਦੀ ਹੈਗੀ। ਇਹ ਸਰ ਤੁਸੀਂ ਆਪਸ ਚੈਨਲ ਕਰੋ, ਮੈਨੂੰ ਸੈਟਲ ਵਾ ਲੈਂਦੇ ਭਾਜੀ। ਇੱਕ ਮਿੰਟ ਲਾ ਲਗਾ ਲੂੰਗੇ ਸਰ, ਕੋਈ ਫਰਕ ਥੋੜੀ ਪੈ ਜਾਣਾ ਉਹਨਾਂ ਨੂੰ। ਖੜ ਦੋ ਇੱਕ ਮਿੰਟ, ਇੱਕ ਲਾ ਕੇ ਜਸਟ ਮਿੰਟ, ਇੱਕ ਮਿੰਟ ਖੜ ਦੋ, ਇੱਕ ਮਿੰਟ ਲੇਟਰ ਲੇਟਰ ਸ਼ਾਬਾਸ਼ ਭਾਈ। ਮੇਰੀ ਮੇਰੀ ਗੱਲ ਸੁਣੋ, ਚੰਗਾ ਲੱਗਦਾ ਇਦਾਂ? ਚੰਗਾ ਤਾਂ ਨਹੀਂ ਭਾਜੀ, ਹੁਣ ਇੱਕੋ ਹੀ ਸੈਟ ਮੈਂ ਉਹ ਖੜ ਦੋ ਭਾਜੀ, ਕਿਤੇ ਨਹੀਂ ਛੱਡਦਾ ਤੁਸੀਂ। ਤੁਸੀਂ ਆਪਸ ਚ ਹੈਂਡਲ ਕਰ ਲਓ ਇਹ ਗੱਲ, ਨਹੀਂ ਆਪਸ ਚ ਲਗਵਾ ਲਓ ਦੋ ਮਿੰਟ। ਨਹੀਂ ਭਾਜੀ ਦੱਸੋ ਇੱਕ ਮਿੰਟ, ਜਿੱਦਾਂ ਹੁਣ ਮੰਨ ਲਓ ਇਹ ਡੰਬਲ ਆ, ਮੈਂ ਚੱਕ ਕੇ ਲਿਆਏ ਵਾਂ, ਉਧਰੋਂ ਉਹ ਚੱਕ ਕੇ ਲਿਆਏ, ਕੋਈ ਫਰਕ ਥੋੜੀ ਪਏਗਾ? ਇਹ ਚੀਜ਼ ਚੰਗੀ ਲੱਗਦੀ ਹੈਗੀ। ਹਾਂਜੀ ਹਾਂਜੀ, ਕਿਆ ਪ੍ਰੋਬਲਮ ਹੈ ਭਾਈ? ਮੈਂ ਟ੍ਰੇਨਰ ਭਾਈ ਨਾਲ ਗੱਲ ਕਰਦੇ ਪਏ ਨਾ ਭਾਈ, ਇਹ ਡੰਬਲ ਕਿਉਂ ਫੈਂਕ ਰਹੇ ਹੋ? ਲੱਗ ਜਾਇਆ ਤਾਂ ਫਿਰ ਕਿਆ ਕਰੋਗੇ? ਗੱਲ ਉਹਨਾਂ ਨਾਲ ਕਰਦੇ ਪਏ ਨਾ। ਵਟ ਇਜ਼ ਦਾ ਹੈਲਪ, ਕਿਆ ਪ੍ਰੋਬਲਮ ਹੈ ਆਪਕੋ? ਪ੍ਰੋਬਲਮ ਕੋਈ ਵੀ ਨਹੀਂ ਹੈਗੀ, ਸੋਲੂਸ਼ਨ ਕਰਦੇ ਪਏ ਆ, ਫੇਕ ਹੀ ਆ। ਅਗਰ ਡੰਬਲ ਲੱਗ ਜਾਏ ਫਿਰ? ਲੱਗ ਜਾਏ ਤਾਂ ਆਪਕੋ ਲਗਾ ਕੁਝ? ਤੋ ਲੱਗ ਜਾਏ ਫਿਰ, ਨਹੀਂ ਲੱਗੇ ਤਾਂ ਬਾਹਰ ਆ ਟ੍ਰੇਨਰ ਲਗਾ ਰਹੇ ਨਾ। ਅਗਰ ਟ੍ਰੇਨਰ ਮੇਰੀ ਹੈਲਪ ਕਰ ਰਿਹਾ, ਬਾਅਦ ਮੈਂ ਉਸਨੇ ਬੋਲਾ ਆਪਕੋ ਲਗਵਾ ਦੇਗਾ, ਫਿਰ 2 ਮਿੰਟ ਗੱਲ ਹੀ ਕਰਦੇ ਪਏ ਆ। ਆਪਕੋ ਲਗਾਣੇ ਦੋ, ਆਪ ਬਾਅਦ ਮੈਂ ਗੱਲ ਕਰਦੇ ਪਏ। 2 ਮਿੰਟ ਲਗਾਣੇ ਦੋ, ਬਾਅਦ ਮੈਂ ਨਾ ਆਪਨੇ ਵੀ ਲਗਵਾਣਾ ਇਨਕੋ। ਨਹੀਂ ਨਹੀਂ ਅਭੀ ਨਹੀਂ ਲਗਵਾਣਾ ਨਾ, ਉਹਨਾਂ ਨੇ ਬੋਲ ਦੇਣਾ ਆਪ ਜਾਓ ਅਭੀ। ਭਾਜੀ ਇਧਰ ਲੈ ਦਿੰਦੀ ਐਕਸਰਸਾਈਜ਼ ਯਾਰ, ਤੂੰ ਟ੍ਰੇਨਰ ਆ ਇੱਥੇ? ਤੁਹਾਨੂੰ ਜ਼ਿਆਦਾ ਆਂਦੀ ਲੈਣੀ ਟ੍ਰੇਨਰ, ਇੱਕ ਤਾਂ ਹੈਲਪ ਕਰਨ ਆਏ, ਦੱਸਣ ਆਏ ਕਿ ਇੱਧਰ ਲੈ ਜਾਂਦੇ? ਨਹੀਂ ਯਾਰ, ਅੱਗੇ ਦਿਮਾਗ ਖਰਾਬ ਚੱਲਦਾ ਇੱਥੇ, ਦਿਮਾਗ ਖਰਾਬ ਇੰਨਾ ਕਿ ਤਾਂ ਦਿਮਾਗ ਖਰਾਬ ਹੋ ਗਿਆ ਯਾਰ ਮੇਰਾ। ਇੱਦਾਂ ਹੀ ਰਹਿੰਦਾ ਦਿਮਾਗ ਖਰਾਬ, ਇੱਦਾਂ ਹੀ ਰਹਿੰਦਾ 24 ਘੰਟੇ? ਹਾਂ ਮੈਂ ਮੈਂਟਲ ਆ ਅੱਛਾ, ਮੈਂਟਲ ਰੌਕੀ ਮੈਂਟਲ ਤੂੰ ਲਾ ਕੇ ਦਿਖਾ ਉਹ ਭਾਈ, ਦੇਖੋ ਇਹ ਸੱਚੀ ਮੈਨੂੰ ਲੱਗਦਾ ਮੈਂ ਰੌਕੀ ਮੈਂਟਲ ਦੇ ਕੰਮ ਹੈਗਾ, ਤੂੰ ਲਾ ਕੇ ਦਿਖਾ। ਲਾ ਕੇ ਦਿਖਾ, ਮੈਂ ਦੱਸਣ ਆਇਆ ਸੀ ਕਰੋੜ ਪਾ ਲਾ, ਆਹ ਸਹੀ ਕਰੋ ਪਹਿਲੇ। ਦੋਸਤੀ ਚੰਗੀ ਲੱਗਦੀ ਇੱਦਾਂ ਦੀ? ਤੂੰ ਲਾ ਕੇ ਦਿਖਾ, ਹਰੀ ਐਕਸਰਸਾਈਜ਼ ਸਾਈਕਲਿੰਗ। ਉਹ ਭਾਜੀ 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 ਆਰਾਮ ਨਾਲ,
ਕੀ ਹੈ ਭਾਜੀ ਥੱਲੇ ਉੱਤੇ ਮੇਰਾ ਵੀਰ ਨਹੀਂ 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 ਹੋਇਆ ਕੀ ਭਾਜੀ ਸਾਈਕਲਿੰਗ ਕਰਦੇ ਪਏ ਆ ਸਾਈਕਲਿੰਗ ਕਰਦੇ ਆ ਵੀ ਇਹ ਕੀ ਚੱਕਰ ਹੋਇਆ ਹੈ ਭਾਈ ਧੱਕਾ ਨਹੀਂ ਮਾਰਨਾ ਡਿੱਗ ਜੂਗਾ ਮੈਂ ਆਰਾਮ ਨਾਲ ਗੱਲ ਕਰਦੇ ਪਏ ਨੇ ਧੱਕਾ ਜੂਗਾ ਆਰਾਮ ਨਾਲ ਗੱਲ ਕਰਦੇ ਪਏ ਮੈਂ ਉੱਥੇ ਬੈਠਾ ਮੈਂ ਉੱਥੇ ਬੈਠਾ ਇੰਨਾ ਐਗਰੈਸਿਵ ਇੰਨਾ ਐਗਰੈਸਿਵ ਆ ਹੁਣ ਇੰਨਾ ਐਗਰੈਸਿਵ ਨਹੀਂ ਹੁੰਦਾ ਕਿਉਂ ਕੀ ਚੱਕਰ ਐਦਾਂ ਐਗਰੈਸਿਵ ਨਹੀਂ ਹੁੰਦਾ ਹੁੰਦਾ ਕਿਉਂ ਇੰਨਾ ਐਗਰੈਸਿਵ ਨਹੀਂ ਹੁੰਦਾ ਹੁੰਦਾ ਮੇਰੀ ਗੱਲ ਅਰੇ ਨਹੀਂ ਨਹੀਂ ਐਦਾਂ ਪਾਜੀ ਦੇਖ ਮੇਰੀ ਗੱਲ ਮੇਰੀ ਗੱਲ ਇੱਕ ਮੈਂ ਵੀਰੇ ਉੱਥੇ ਬੈਠਣ ਲੱਗਾ ਉੱਥੇ ਬਹਿ ਗਿਆ ਜਦ ਮੈਂ ਉੱਥੇ ਬੈਠਣ ਲੱਗਾ ਉੱਥੇ ਬਹਿ ਗਿਆ ਕਿ ਪਾਜੀ ਆਪਾਂ ਸਾਈਕਲ ਵਿੱਚ ਜਾਂਦੇ ਹਾਂ ਤੁਸੀਂ ਇੱਥੇ ਦੋ ਵਜੇ ਜਮਾ ਉਹਰੇ ਇੱਕ ਮਿੰਟ ਪਹਿਲਾਂ ਆ ਰਹੇ ਨੇ ਇੱਥੇ ਨਹੀਂ ਮੈਂ ਵਿੱਚ ਉਹ ਨਹੀਂ ਨਹੀਂ ਗੱਲ ਸੁਣੋ ਅੱਛਾ ਨਹੀਂ ਗੱਲ ਸੁਣੋ ਪਾਜੀ ਲਾ ਕੇ ਦਿਖਾਓ ਆਪਾਂ ਕੋ ਲਾ ਕੇ ਦਿਖਾਈਏ ਆਪਾਂ ਤੇ ਡਰਾਮੇ ਭਾਜੀ ਕੀ ਆਪਣਾ ਕੰਮ ਕਰਦੇ ਆਗੇ ਆਪਾਂ ਦੱਸਣ ਆਏ ਆ ਕਿਉਂ ਦੱਸਣਾ ਤੈਨੂੰ ਬੁਲਾਇਆ ਜਾ ਧੱਕਾ ਨਹੀਂ ਮਾਰੀਦਾ ਹੁੰਦਾ ਨਹੀਂ ਮੈਂ ਮਾਰਨਾ ਧੱਕਾ ਨਹੀਂ ਮਾਰੀਦਾ ਹੁੰਦਾ ਬਹੁਤ ਕੁਝ ਕਰ ਲੂੰਗਾ ਮੈਂ ਬਹੁਤ ਕੁਝ ਕਰ ਲੂੰਗਾ ਕਰਨ ਮੈਂ ਬਹੁਤ ਕੁਝ ਕਰ ਸਕਦਾ ਸਰ ਤੁਹਾਨੂੰ ਪਤਾ ਨਹੀਂ ਸੱਟ ਤੈਨੂੰ ਆਪ ਨੂੰ ਲਾਉਣਾ ਨਹੀਂ ਹੁੰਦਾ ਤੂੰ ਮੈਨੂੰ ਆ ਕੇ ਦੱਸਦਾ ਲਾਣਾ ਕੀ ਨਹੀਂ ਆਉਂਦਾ ਇੱਕ ਦੱਸਣਾ ਉਹ ਐ ਲਾਉਂਦਾ ਵੇ ਐ ਥੋੜੀ ਹੁੰਦਾ ਇਦਾਂ ਹੁੰਦਾ ਅਸੀਂ ਇੱਦਾਂ ਹੀ ਲਾਉਣਾ ਇਦਾਂ ਨਹੀਂ ਹੁੰਦਾ ਕਦੀ ਨਹੀਂ ਮੈਂ ਲਾਣਾ ਇੱਦਾਂ ਪਰ ਜੀ ਉਹਨਾਂ ਚੱਕੋ ਜਿਹਨੇ ਚੱਕਿਆ ਜਾਂਦਾ ਮੈਂ ਲਾਣਾ ਤੈਨੂੰ ਕੀ ਉਹਨਾਂ ਨੂੰ ਸਮਝਾਉਣਾ ਵੈਸੇ ਤਾਂ ਮੈਂ ਨਹੀਂ ਸਮਝਾਉਣਾ ਸਹੀ ਸਮਝਾਉਣਾ ਕਿਉਂ ਨਹੀਂ ਹੁੰਦਾ ਮੇਰੀ ਮਰਜ਼ੀ ਆ ਦੇਖੋ ਯਾਰ ਤੁਹਾਨੂੰ ਗੱਲ ਕੀਤੀ ਮੈਂ ਗੱਲ ਕਰ ਰਿਹਾ ਤੂੰ ਉਹਨਾਂ ਵੀ ਕਿੱਦਾਂ ਗੱਲ ਕਰ ਰਿਹਾ ਇੱਕ ਮਿੰਟ ਮਾਮਾ ਭਾਜੀ ਹੋ ਗਿਆ ਹੁਣ ਤੇ ਵਾਰਮ ਅਪ ਛੱਡੋ ਇਹਨ ਵੱਡੇ ਵੱਡੇ ਛੜੀ ਬਣਾਇਆ ਛੜੀ ਆ ਦੇਖੋ ਤਾਂ ਮੈਂ ਹੀ ਬੜੇ ਰਾਹ ਨਾਲ ਚੱਕ ਲਿਆ ਹਾਂ ਤਾਂ ਚੱਕੇ ਜਾ ਦੇਖੋ ਇਹਨੂੰ ਰਿਵਰਸ ਚੱਕ ਹਲੋ ਰਿਵਰਸ ਹਲੋ ਹਾਂ ਹੁਣੇ ਤੱਕ ਹਲੋ ਹਾਂ ਰੈਗੂਲਰ ਕਰ ਜਰਾ ਹਲੋ ਹਾਂ ਇਹ ਤਾਂ ਬੜੇ ਰਾਹ ਤੁਹਾਡੇ ਵਾਸਤੇ ਤਾਂ ਕੁਝ ਵੀ ਨਹੀਂ ਗਏ ਮੇਰੇ ਵਾਸਤੇ ਤਾਂ ਚਲੋ ਫਿਰ ਮੈਂ ਸਹੀ ਕਰ ਲੂੰਗਾ ਤੂੰ ਆਪਣਾ ਕੰਮ ਕਰ ਨਹੀਂ ਆਪਾਂ ਤਾਂ ਕੰਮ ਕਰ ਲਾਂਗੇ ਭਾਈ ਆਹ ਕੀ ਚੀਜ਼ ਸੀਗੀ ਆਹ ਕੀ ਚੀਜ਼ ਸੀਗੀ ਚਲੋ ਯਾਰ ਚਲੋ ਨਿਕਲੋ ਸ਼ਾਬਾਸ਼ ਲਾ ਲੈਂਦੇ ਯਾਰ ਇਹਨੂੰ ਆਰਾਮ ਸੇ ਕੁਛ ਕਿਹਾ ਮੈਂ ਕਹਿਣਾ ਲਾ ਲੈਂਦੇ ਹੁਣ ਇਹਨੂੰ ਲਾ ਲੈਂਦੇ ਕਹਿ ਤਾ ਨਾ ਲਾ ਫਿਰ ਸੇ ਲਾ ਲਾ ਮੈਂ ਭਰਾਵਾ ਡਰਦਾ ਡਰਦਾ ਨੀ ਹੈਗਾ ਮੇਰੀ ਗੱਲ ਆਈ ਉਹ ਮਰਜ਼ੀ ਅੱਛਾ ਆ ਜਾਂਗੇ ਤੁਹਾਨੂੰ ਪਤਾ ਨੀ ਕੀ ਚੱਲਦਾ ਪਿਆ ਜੋ ਚੱਲਦਾ ਹੋਏ ਠੀਕ ਆ ਚਲੋ ਜਾਓ ਤੁਹਾਨੂੰ ਪਤਾ ਨਹੀਂ ਕੀ ਚੱਲਦਾ ਪਿਆ ਨਹੀਂ ਚੱਲਦਾ ਪਿਆ ਪਤਾ ਪੁਤਾ ਕੁਛ ਨਹੀਂ ਹੈਗਾ ਦਿਮਾਗ ਸੈੱਟ ਰੱਖੀਦਾ ਹੁੰਦਾ ਉਹ ਦੇਖੋ ਕੈਮਰਾ ਲੱਗਾ ਉਹ ਕੈਮਰਾ ਲੱਗਾ ਉਹ ਕੈਮਰਾ ਲੱਗਾ ਉਹ ਕੈਮਰਾ ਲੱਗਾ ਪ੍ਰੈਂਕ ਚੱਲ ਰਿਹਾ ਉਹ ਦੇਖੋ ਕੈਮਰਾ ਲੱਗਾ ਪ੍ਰੈਂਕ ਚੱਲ ਰਿਹਾ ਉਹ ਦੇਖੋ ਕੈਮਰਾ ਲੱਗਾ ਉਹ ਕੈਮਰਾ ਲੱਗਾ ਉਹ ਸਾਈਡ ਦੇਖੋ ਕੈਮਰਾ ਲੱਗਾ ਪ੍ਰੈਂਕ ਚੱਲ ਰਿਹਾ ਸੀਗਾ ਮਜ਼ਾਕ ਚੱਲ ਰਿਹਾ ਸੀ ਤੁਹਾਨੂੰ ਮਜ਼ਾਕ ਕੀਤਾ ਉਹ ਕੈਮਰਾ ਲੱਗਾ ਸਾਈਡ ਤੇ ਪ੍ਰੈਂਕ ਚੱਲ ਰਿਹਾ ਸੀਗਾ ਓ ਯਾਰ ਕਮਾਲ ਠੀਕ ਆ ਉਹ ਲਵਾ ਦੂਗੇ ਸੈਟ ਤੁਹਾਨੂੰ ਜਾਓ ਅੱਛਾ ਇੱਧਰ ਦੇਖੋ ਆ ਗਏ ਉਹ ਸਾਈਡ ਤੇ ਦੇਖੋ ਕੈਮਰਾ ਲੱਗਾ ਪ੍ਰੈਂਕ ਚੱਲਦਾ ਪਿਆ ਸੀਗਾ ਠੀਕ ਆ ਉਹ ਪ੍ਰੈਂਕ ਚੱਲਦਾ ਪਿਆ ਕੈਮਰਾ ਲੱਗਾ ਹੈ ਸਾਈਡ ਤੇ ਇਹ ਤਾਂ ਸਾਡਾ ਅੱਜ ਦਾ ਪ੍ਰੈਂਕ ਨਿਊ ਫਿਟਨੈਸ ਮਾਡਲ ਡਾਊਨ ਦੇ ਵਿੱਚ ਇਹ ਅੱਜ ਤਾਂ ਆਪਾਂ ਬਾਰ ਬਾਰ ਪਠਾਨ ਤੋਂ ਬਿਲਕੁਲ ਸੋ ਤੁਹਾਨੂੰ ਕਿੱਦਾਂ ਲੱਗਾ ਪ੍ਰੈਂਕ ਮੈਨੂੰ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਅਗਲੀ ਵਾਰੀ ਆਪਾਂ ਫੇਰ ਨਵੇਂ ਪ੍ਰੈਂਕ ਦੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਬਾਏ।